रूपनगर च सब्जियां ते फल विक्रेता नूं लगाउण वाले लोकां लई प्रशासन वल्लों वक्खरी जगह निर्धारित कीती गई है अते तैयार लोकां नूं उस जगह ते जाण लई कहा जा रहा है। पर अज तैयार लोकां ने सब्जी मंडी विच इकट्ठे हो के रोह दा प्रगटावा कीता तां पुलिस अधिकारी अते SDM हरबंस मौके ते पहुंच गए। रेहड़ी वाले ने गुस्सा जाहिर किया कि उन्हां वल्लों पिछले लंबे समय तो वक्ख-वक्ख थावां ते रेहड़ियां लगाईआं जा रहीआं हन अते उत्थे ही रेहड़ियां फड़ियां जा रहीआं हन। दूजे पासे प्रशासन दा तर्क है कि रेहड़ियां वालियां कारण ट्रैफिक व्यवस्था विच विघन पैंदी है, इस लई तैयार होण वालियां नूं ढुकवीं थां दित्ती जा रही है। मौके ते पुज्जे SDM हरबंस सिंह ने दस्सिया कि तैयार लोकां लई थां निर्धारित कर दित्ती गई अते उस थां दी सांभ संभाल लई ठेकेदार भी नियुक्त कर दित्ता गया अते तैयार लोकां नूं उत्थे रेहड़ी लाउण ਦੀ ਕਿਹਾ ਜਾ ਰਿਹਾ ਹੈ। ਪਰ ਕੁਝ ਰੇੜੀਆਂ ਆਗੂ ਇਸ ਗੱਲ ਨੂੰ ਨਹੀਂ ਸਮਝ ਰਹੇ ਅਤੇ ਉਹਨਾਂ ਨੂੰ ਸਮਝਾਉਣ ਤੋਂ ਬਾਅਦ ਜਲਦ ਹੀ ਰੇੜੀਆਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਦੀ ਆਵਾਜਾਈ ਵਿਵਸਥਾ ਵਿੱਚ ਵਿਘਨ ਨਾ ਪਵੇ। ਨਹੀਂ, ਸਭ ਤੋਂ ਪਹਿਲਾਂ ਪਾਰਕਿੰਗ ਦਾ ਇਲਾ ਕੀਤਾ ਜਾਵੇ। ਹੁਣ ਦੇਖੋ ਬਾਹਰ, ਇੱਥੇ ਦੇਖੋ ਜੀ, ਹਜੇ ਕੋਈ ਰੇੜੀ ਨਹੀਂ ਲੱਗੀ, ਕੋਈ ਕੁਛ ਨਹੀਂ, ਵੈਸੇ ਹੀ ਜਾਮ ਲੱਗਿਆ ਹੋਇਆ ਸਾਹਮਣੇ। ਜੇ ਅਸੀਂ ਰੇੜੀਆਂ ਨਹੀਂ ਵੀ ਲਾਈਏ, ਅਸੀਂ ਰੇੜੀਆਂ ਨਹੀਂ ਵੀ ਲਾਈਏ ਤਾਂ ਰੋਡ ਦੇ ਉੱਤੇ ਸਾਰੀ ਗੱਡੀਆਂ ਖੜ ਕੇ ਇੱਧਰ ਉੱਧਰ ਜਾਮ ਲੱਗ ਜਾਂਦਾ। ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ, ਸਾਡੇ ਰੇੜੀਆਂ ਵਾਲੇ ਤੇ ਆਬਜੈਕਸ਼ਨ ਹੈ। ਜਾਮ ਪੂਰਾ ਹੁਣ ਵੀ ਲੱਗਿਆ ਵਾ, ਦੇਖੋ ਤੁਸੀਂ ਆ ਕੇ ਗੱਡੀ ਖੜੀ, ਸਾਨੂੰ 40-45 ਸਾਲ ਧੱਕੇ ਖਾਂਦੇ ਨੂੰ ਹੋ ਗਏ। ਜਾ ਕੇ ਦੇਖੋ ਅਸੀਂ ਕਿੱਥੇ ਜਾਈਏ, ਅਸੀਂ ਤਾਂ ਇਹੀ ਮੰਗ ਕਰਨੀ ਹੈ ਜਿੱਥੇ ਅਸੀਂ ਖੜੇ ਹਾਂ ਉੱਥੇ ਉੱਥੇ ਖੜੇ ਰਹੀਏ। ਸਾਡੇ ਵੱਲੋਂ ਕੋਈ ਦਿੱਕਤ ਆਉਂਦੀ ਹੈ ਫਿਰ ਅਸੀਂ ਉਹਦੇ ਜ਼ਿੰਮੇਵਾਰ ਹਾਂ। ਅਸੀਂ ਕੋਈ ਕਮੇਟੀ ਆਉਂਦੀ ਹੈ, ਕੋਈ ਨਗਰ ਕੀਰਤਨ ਨਿਕਲਦਾ। ਮੇਰਾ ਨਾਮ ਅਮ੍ਰਿਤਪਾਲ ਸਿੰਘ ਪੱਤੀ। ਅਮਰ ਜੀ, ਕੀ ਮਸਲਾ ਹੈਗਾ ਇਹ? ਮਸਲਾ ਸਰ, ਇਹ ਰੇੜੀਆਂ ਫੜੀਆਂ ਦਾ ਮਸਲਾ ਹੈ ਜੀ। ਠੀਕ ਹੈ, ਹੁਣ ਇਹਦੇ ਵਿੱਚ ਪਹਿਲਾਂ ਤਾਂ ਕਿਹਾ ਜਾਂਦਾ ਤਾਂ ਵੀ ਜਿਹੜੀਆਂ ਮਤਲਬ ਉਹਦੇ ਹਸਪੀਟਲ ਦੇ ਨਾਲ ਨਾਲ ਰੇੜੀਆਂ ਜੀ ਉਹ ਸਾਰੀਆਂ ਉੱਥੇ ਖੜੂੰਗੀਆਂ ਜੀ, ਜਿਹੜੀਆਂ ਸਿਟੀ ਦੇ ਸਾਹਮਣੇ ਖੜਦੀ ਉਹ ਵੀ ਖੜੂੰਗੀਆਂ। ਠੀਕ ਹੈ ਸਰ, 30-30, 35-35 ਸਾਲ ਦੀਆਂ ਰੇੜੀਆਂ ਖੜੀਆਂ, ਅੱਜ ਤੱਕ ਤਾਂ ਟ੍ਰੈਫਿਕ ਨੂੰ ਵੀ ਪ੍ਰੋਬਲਮ ਨਹੀਂ ਆਈ। ਹੁਣ ਜਦੋਂ ਸਾਰੇ ਜਣੇ ਆਪਾਂ ਇੱਥੇ ਹੀ ਆਪਾਂ ਕੱਪੜੇ ਵਾਲੇ ਵਾੜ ਦੇਣੇ, ਇੱਥੇ ਹੀ ਇਹਨਾਂ ਨੂੰ ਪੁੱਛਿਆ SDM ਸਾਹਿਬ ਨੂੰ, ਇੱਥੇ ਹੀ ਸੂਪ ਵਾਲਾ ਆਜੂਗਾ, ਇੱਥੇ ਹੀ ਜੂਸ ਵਾਲਾ ਆਜੂਗਾ। ਸਰ ਕਿੰਨੀ ਕੁ ਜਗ੍ਹਾ ਹੈ ਜੀ ਇੱਥੇ? ਇੱਥੇ ਹੀ ਫਰੂਟ ਵਾਲੇ ਆਜੂਗਾ, ਇੱਥੇ 4 ਗੱਡੀਆਂ ਸਰ ਇੱਥੇ ਰੋਡ 'ਤੇ ਖੜ ਗਈਆਂ ਤਾਂ ਸਾਰਾ ਕੁਝ ਜਾਮ ਹੋ ਜਾਣਾ। ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਰੋਡ ਦੇ ਉੱਤੇ 3 ਪਹੀਆ ਜਿਹੜੀਆਂ ਟ੍ਰੈਫਿਕ ਨੂੰ ਜਾਮ ਕਰਦੀਆਂ ਉਹਨਾਂ ਨੂੰ ਆਪਾਂ ਅੰਦਰ ਲੈ ਕੇ ਆਈਏ। ਜਿਹੜੀਆਂ ਪੁਰਾਣੀਆਂ ਰੇਹੜੀਆਂ ਜਿੱਥੇ ਅੱਡੇ ਚੱਲਦੇ ਆ, ਕੋਈ 25 ਸਾਲ ਦਾ, ਕੋਈ 40 ਸਾਲ ਦਾ ਬੈਠਾ ਹੈ, ਉਹਨਾਂ ਨੂੰ ਆਪਣੀ ਜਗ੍ਹਾ ਐਜ਼ਿਟ ਕੰਮ ਕਰਨ ਦਿਓ ਜੀ। ਠੀਕ ਹੈ, ਉਹਦੇ 'ਚ ਹੁਣ ਪ੍ਰਸ਼ਾਸਨ ਅਜੇ ਤੱਕ ਤਾਂ ਮਤਲਬ ਧੱਕਾ ਹੀ ਕਰ ਰਿਹਾ ਜੀ। ਬਾਕੀ ਦੇਖੋ ਹੁਣ ਅਸੀਂ MLA ਸਾਹਿਬ ਨੂੰ ਬੇਨਤੀ ਕਰਾਂਗੇ, ਉਹਨਾਂ ਨੇ ਤਾਂ ਵੈਸੇ ਆਸ਼ਵਾਸਨ ਦਿੱਤਾ ਤਾ ਵੀ ਜੋ ਜਿੱਥੇ ਹੈਗਾ ਉੱਥੇ ਹੀ ਖੜੂੰਗੇ, ਸਾਡੀ ਤਾਂ ਹੁਣ ਉਹਨਾਂ 'ਤੇ ਹੀ ਆਸ ਹੈ ਜੀ। ਠੀਕ ਹੈ, ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਕੇ ਅਸੀਂ ਆਪਣਾ ਫਾਈਨਲ ਫੈਸਲਾ ਹੋਊਗਾ ਫਿਰ ਉਹ ਦੱਸਾਂਗੇ। 19 ਦੇਰ ਪਰ ਰੇਹੜੀ ਕੋਈ ਨਹੀਂ ਲੱਗੂਗੀ। ਤੇ ਕਿੰਨੀਆਂ ਕੁ ਰੇਹੜੀਆਂ ਜੀ ਪੱਕੀਆਂ ਲੱਗੀਆਂ ਹੋਈਆਂ ਤੇ ਕਿੰਨੀ ਕੁ ਰੇਹੜੀਆਂ ਤੁਹਾਨੂੰ ਲੱਗਦਾ ਵੀ ਜਿਹੜੀ ਸੜਕਾਂ ਦੇ ਉੱਪਰ? ਸਰ ਤੁਸੀਂ ਹੁਣ ਇੱਥੇ ਦੇਖੋ ਜੀ, 400-500 ਬੰਦਾ ਹੈ ਸੜਕਾਂ 'ਤੇ, ਕਿਹੜਾ ਜਾਮ ਸਰ ਇੱਥੇ ਜੇ ਖੜੀਆਂ ਬੰਦੀਆਂ ਗੱਡੀਆਂ ਖੜ ਜਾਣੀਆਂ ਫਿਰ ਉੱਥੇ ਜਾ ਕੇ? ਸਰ ਹੁਣ ਇੱਥੇ ਅਸੀਂ ਇਹ ਬੰਦੇ ਹੀ ਖੜਾ ਦਈਏ ਤਾਂ ਜਗ੍ਹਾ ਭਰ ਜਾਣੀ ਜੀ ਪੂਰੇ ਰੇਹੜੀਆਂ ਅਤੇ ਲੰਘਣ ਨੂੰ ਕਿੱਥੇ ਉਰੇ ਸਰ? ਹਜੇ ਆ ਤੁਸੀਂ ਸ਼ਾਮ ਨੂੰ ਕਹਿੰਦੇ ਵੀ ਜੂਸ ਵਾਲੀਆਂ ਸ਼ਾਮ ਨੂੰ, ਠੀਕ ਆ, ਸੂਪ ਵਾਲੀਆਂ ਸਭ ਅੰਦਰ ਆਉਂਗੀਆਂ, ਜਿਹੜੇ ਆ ਕੱਪੜੇ ਵਾਲੇ ਬੈਠੇ ਆ ਜੀ ਉਰੇ, ਇਹ ਸਭ ਅੰਦਰ ਜਾਊਂਗੇ ਸਰ। ਕਿੰਨੀ ਕੁ ਜਗ੍ਹਾ ਇੱਥੇ? ਠੀਕ ਹੈ, ਇਹ ਅਸਲ 'ਚ ਜਗ੍ਹਾ ਤਾਂ ਪਾਰਕਿੰਗ ਦੀ ਸੀ ਜੀ, ਇਹਨਾਂ ਨੂੰ ਕਿੱਦਾਂ ਸ਼ਿਫਟ ਹੋਇਆ, ਕਿਆ ਹੋਇਆ, ਕਿਆ ਨਹੀਂ ਹੋਇਆ, ਪ੍ਰਸ਼ਾਸਨ ਕਿੱਦਾਂ ਮਤਲਬ ਇਹਨਾਂ ਨੂੰ, ਉਹ ਤਾਂ ਇਹਨਾਂ ਨਾਲ ਧੱਕਾ ਰਿਹਾ ਜੀ, ਇਹ ਧੱਕਾ ਅਸੀਂ ਤਾਂ ਨਹੀਂ ਆਉਣ ਦੇਵਾਂਗੇ। ਜਿੱਥੇ ਜਿੱਥੇ ਜਿਹੜੇ ਜਿਹੜੇ ਬੰਦੇ ਖੜੇ ਆ ਉੱਥੇ ਉੱਥੇ ਹੀ ਖੜੂੰਗੇ, ਉੱਥੇ ਉੱਥੇ ਹੀ ਕੰਮ ਕਰੂੰਗੇ ਜੀ। ਹੱਲ ਕਰਨ ਲਈ ਤੁਸੀਂ ਕੀ ਉਪਰਾਲਾ ਕਰ ਰਹੇ ਹੋ? ਦੇਖੋ, ਅਸੀਂ ਆ ਤੁਹਾਡੇ ਸਾਹਮਣੇ ਇਹ ਜਗ੍ਹਾ ਜਿਹੜੀ ਹੁਣ ਨਵੀਂ ਮੰਡੀ ਲਈ ਬਣਾਈ ਹੈ, ਇਹ ਅਸੀਂ ਹੁਣ ਜਗ੍ਹਾ ਖਾਲੀ ਕਰਾ ਕੇ ਇੱਥੇ ਬੋਲੀ ਕਰਾਈ ਹੈ ਅਤੇ ਇਹ ਜਗ੍ਹਾ 'ਚ ਘੱਟੋ ਘੱਟ 100-150 ਰੇਹੜੀ ਹੈ ਜਿਹੜੀ ਹੈ ਉਹ ਲੱਗਣ ਦੀ ਸਾਨੂੰ ਉਮੀਦ ਹੈਗੀ ਹੈ। ਬਿਲਕੁਲ, ਇਹਦੇ ਸਾਹਮਣੇ ਦੇਖੋ, ਸਾਹਮਣੇ ਸਾਈਕਲ ਮਾਰਕੀਟ ਸੀ, ਸਾਈਕਲ ਮਾਰਕੀਟ ਨੂੰ ਅਸੀਂ ਪਹਿਲਾਂ ਬਾਹਰ ਨਿਕਲੀ ਹੋਈ ਸੀ, ਇਨਕਰੋਚਮੈਂਟ ਸੀ, ਉਹ ਅਸੀਂ ਅੰਦਰ ਕਰਾਈਏ, ਉੱਥੇ ਪਾਰਕਿੰਗ ਲਈ ਜਗ੍ਹਾ ਬਣ ਗਈ ਹੈ। ਤੀਜੀ, ਉਹ ਸਾਹਮਣੇ ਜਿਹੜਾ ਸੜਕ ਦੇ ਪਰਲੇ ਪਾਸੇ ਦੇਖੋ ਜਗ੍ਹਾ ਹੈਗੀ ਹੈ, ਉਹ ਡਿਸਮੈਂਟਲ ਕਰਾਉਣ ਲਈ ਅਸੀਂ ਬੋਲੀ ਕੀਤੀ ਹੋਈ ਹੈ, ਉਹ ਜਦੋਂ ਡਿਸਮੈਂਟਲ ਹੋ ਗਈ ਤਾਂ ਉੱਥੇ ਪੇਡ ਪਾਰਕਿੰਗ ਹੈ ਜਿਹੜੀ ਆ ਜਾਏਗੀ। ਸੋ ਆਹ ਏਰੀਆ ਜਿਹੜਾ ਬਹੁਤ ਖੁੱਲ੍ਹਾ ਹੋ ਜਾਣਾ, ਇਹਦੇ ਜਿੰਨੀਆਂ ਮਰਜ਼ੀ ਆਪਾਂ ਰੇਹੜੀਆਂ ਇੱਥੇ ਲਾ ਦਈਏ, ਇਹ ਅਲਟੀਮੇਟਲੀ ਇਹਨਾਂ ਨੂੰ ਫਾਇਦਾ ਹੋਣਾ, ਅਜੇ ਇਹਨਾਂ ਨੂੰ ਥੋੜ੍ਹੀ ਸਮਝ ਨਹੀਂ ਹੈ, ਹੌਲੀ ਹੌਲੀ ਇਹਨਾਂ ਨੂੰ ਸਮਝਾਵਾਂਗੇ, ਸਮਝਾ ਕੇ ਇਹਨਾਂ ਨੂੰ ਇੱਥੇ ਜਿਹੜੀਆਂ ਹੈਗੀਆਂ ਰੇਹੜੀਆਂ ਉਹਦੇ 'ਚ ਇਹਨਾਂ ਨੂੰ ਜਿਹੜੀ ਮਾਰਕੀਟ ਆ ਚ ਬਣਾਈ ਹੈ ਉਹਦੇ 'ਚ ਇਹਨਾਂ ਨੂੰ ਅਸੀਂ ਬਿਠਾਵਾਂਗੇ। ਸਰ ਕਿੰਨੀ ਕੁ ਸਮੱਸਿਆ ਆ ਰਹੀ ਸੀ ਕਿਉਂਕਿ ਟ੍ਰੈਫਿਕ ਦੀ ਬਹੁਤ ਸ਼ਿਕਾਇਤ ਹੋ ਰਹੀ ਸੀ? ਦੇਖੋ, ਤੁਹਾਨੂੰ ਪਤਾ ਹੀ ਹੈ, ਦੇਖੋ ਆਪਾਂ ਪਹਿਲਾਂ ਵੀ ਐਂਟੀ ਇਨਕਰੋਚਮੈਂਟ ਡਰਾਈਵ ਚਲਾਈਆਂ ਇੱਥੇ, ਬਟ ਜਿਹੜੀਆਂ ਸੜਕ 'ਤੇ ਰੇਹੜੀਆਂ ਖੜਦੀਆਂ ਉਹ ਅਸੀਂ ਨਹੀਂ ਚਾਹੁੰਦੇ ਕਿ ਸੜਕ 'ਤੇ ਰੇਹੜੀਆਂ ਖੜਨ, ਉਹ ਸਾਰੀਆਂ ਰੇਹੜੀਆਂ ਨੂੰ ਅਸੀਂ ਜੋ ਸਪੈਸ਼ਲ ਜਗ੍ਹਾ ਇੱਥੇ ਅਲੋਟ ਕਰ ਰਹੇ ਹਾਂ। ਇਹ ਅਦਰਵਾਈਜ਼ ਕੀ ਕਰ ਰਹੇ ਆ, ਇਹ ਜਿਹੜੀ ਦੁਕਾਨ ਦੇ ਅੱਗੇ ਖੜ੍ਹੇ ਆ ਉਹ ਦੁਕਾਨ ਵਾਲੇ ਨੂੰ ਪੈਸੇ ਦੇ ਰਹੇ ਆ, ਹੁਣ ਇੱਥੇ ਇੱਕ ਇਹਨਾਂ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਕੇ ਇੱਥੇ ਜਿਹੜੀ ਜਗ੍ਹਾ ਅਸੀਂ ਅਲੋਟ ਕਰ ਦਿੱਤੀ ਹੋਈ ਹੈ, ਅਤੇ ਇਹਦੇ ਵਰਗਾ ਸਲਿਊਸ਼ਨ ਤਾਂ ਹੋ ਨਹੀਂ ਸਕਦਾ।
बट अजे इन्हों थोड़ी जी एक दो बंदे मिसगाइड कर रहे हैं इन्हों तो असं बिठा के हम समझा हैं तो होपफुली इतने आएंगे तो देखो इस एरिए ज़्यादा फायदा होना पैसों का असं वो बैठ के गल कर लेंगे जो एक रीजनेबल जहाँ अमाउंट होएगा उ असं मैं ऑलरेडी पहले इन्हों कहता जो ठेकेदार है भी तुम इनिशियली बिल्कुल घट तो स्टार्ट करना तो कह रहे हैं कि जी मार्केट खाली होनी है उस खाली होने फिर ना गड्डिया लग जाए मैं दसद इतने असी पार्किंग का अरेजमेंट पहला किया पार्किंग का अरेजमेंट उधर भी कर रहे हैं पेड पार्किंग का इधर अभी जो इनक्रोचमेंट हुई हुई हटा रहे हैं तो इतने जड़िया सड़क होर खाली हो रेहड़ियाँ करके खड़ी उत्थे भी कोई दो चार मोटरसाइकिल लगनगे तो समस्या होएगी बाकी असं ट्रैफिक पुलिस को कहेंगे कि इतने जी जी पार्किंग है वो ना हो जी जगह खाली होएगी तो होपफुली बड़ा वधिया अल्टरनेटिव है जोड़ा ये रोपड़ ली साबित होएगा नहीं